ਸੀ ਨਾ ਸਾਡੇ ਸਰਬਜੀਤ ਸਿੰਘ ਸੋਨੂੰ ਜਿਹੜੇ ਸਾਡੇ ਮਨੋਰਟੀ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਵੱਲੋਂ ਸਾਨੂੰ ਇੱਕ ਪਹਿਲੋ ਮੇਰੇ ਧਿਆਨ 'ਚ ਲਿਆਂਦਾ ਸੀ ਕਿ ਬੰਗੇ ਤੋਂ ਅਨੰਦਪੁਰ ਸਾਹਿਬ ਨੂੰ ਇੱਕ ਸੜਕ ਜਾਂਦੀ ਹੈ ਜਿਹਦੀ ਬਹੁਤ ਮਾੜੀ ਖਸਤਾ ਹਾਲਤ ਹੈ, ਔਰ ਉਹ ਜਿਹੜਾ ਕੌਂਸਟੀਚੁਐਂਸੀ ਉਹ ਅਨੰਦਪੁਰ ਸਾਹਿਬ ਪੈਂਦੀ ਹੈ ਪਾਰਲੀਮੈਂਟ ਦੀ। ਲਾਸਟ ਟਾਈਮ ਮਨੀਸ਼ ਤਿਵਾੜੀ ਉਹਨਾਂ ਨੇ ਮਸਲਾ ਉਠਾਇਆ ਸੀ, ਔਰ ਮੈਂ ਫਿਰ ਜਦੋਂ ਮੇਰੇ ਧਿਆਨ 'ਚ ਆਇਆ ਮੈਂ ਵੀ ਫਿਰ ਗੁਰਗ੍ਰੰਥੀ ਸਾਹਿਬ ਦੇ ਧਿਆਨ 'ਚ ਇਹ ਚੀਜ਼ ਲਿਆਂਦੀ ਕਿ ਦੋ ਤਖਤਾਂ ਨੂੰ ਜੋੜਨ ਵਾਲੀ ਗੱਲ ਹੈ ਕਿ ਬੰਗੇ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿਹੜੀ ਸੜਕ ਸੀ ਉਹਨੂੰ ਬਣਾਉਣਾ ਸੀ, ਨੀਂਹ ਪੱਥਰ ਵੀ ਰੱਖਿਆ ਗਿਆ ਪਰ ਉਹ ਬਣੀ। ਸੋ ਮੁੱਖ ਮੰਤਰੀ ਦੇ ਧਿਆਨ 'ਚ ਵੀ ਲਿਆਂਦਾ, ਪਿੱਛੇ 6 ਮਹੀਨੇ ਪੁਰਾਣੀ ਗੱਲ ਹੈ, 8 ਮਹੀਨੇ ਦੀ ਗੱਲ। ਸੋ ਜਿਹੜੇ ਅਨੰਦਗੜ੍ਹ ਸਾਹਿਬ ਵਾਲੇ ਸੰਤ ਨੇ, ਬਾਬਾ ਸਤਨਾਮ ਸਿੰਘ ਜੀ, ਮਹਾਂਪੁਰਸ਼ਾਂ ਨੇ ਫਿਰ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਆਪ ਉਹਨਾਂ ਨੇ ਉਪਰਾਲਾ ਕੀਤਾ, ਔਰ ਆਪ ਉਹਦੇ ਨਾਲੋਂ ਵੱਡੀ ਉਹਦੇ ਨਾਲ ਮਜ਼ਬੂਤ ਸੜਕ ਜਿਹੜੀ ਹੈ ਉਹ ਬਣਾਉਣੀ ਸ਼ੁਰੂ ਉਹਨਾਂ ਕਰਤੀ ਹੈ। ਮੇਰੀ ਸਰਕਾਰ ਤੋਂ ਇਹ ਮੰਗ ਹੈ, ਕਿਉਂਕਿ ਇਹ ਚੀਜ਼ਾਂ ਸਰਕਾਰ ਨੇ ਬਣਾਉਣੀਆਂ ਹੁੰਦੀਆਂ ਨੇ, ਸਰਕਾਰ ਕੋਲ ਨੈਸ਼ਨਲ ਹਾਈਵੇ ਕੋਲ ਇਹਦਾ ਬਜਟ ਵੀ ਹੈ, ਉਹਨਾਂ ਉਦਘਾਟਨ ਵੀ ਕੀਤਾ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਜਲਦੀ ਤੋਂ ਜਲਦੀ ਇਹਦੇ ਧਿਆਨ ਦੇਵੇ। ਮੈਂ ਫਿਰ ਤੋਂ ਹੁਣ ਜਿਹੜੀ ਇਹ ਪਾਰਲੀਮੈਂਟ ਸ਼ੁਰੂ ਹੋਣਾ ਹੈ ਮੈਂ ਇਹ ਧਿਆਨ ਦੇ ਵਿੱਚ ਲਿਆਊਂਗਾ, ਗੜਕਰੀ ਸਾਹਿਬ ਦੇ ਵੀ ਔਰ ਸਰਕਾਰ ਦੇ ਵੀ, ਕਿ ਸਰਕਾਰ ਇਸ ਪ੍ਰੋਜੈਕਟ ਨੂੰ ਲਵੇ, ਕਿਉਂਕਿ ਸੰਗਤਾਂ ਦਾ ਪੈਸਾ ਗੁਰੂ ਘਰਾਂ ਵਾਸਤੇ ਜਾਂ ਗੁਰਦੁਆਰਿਆਂ ਵਾਸਤੇ ਜਾਂ ਕੋਈ ਉਹ ਜਿਹੜੇ ਭਲਾਈ ਦੇ ਕੰਮ ਉਹਨਾਂ ਵਾਸਤੇ, ਜਿਹੜੀਆਂ ਉਲੀਕੀਆਂ ਹੋਈਆਂ ਸੜਕਾਂ ਨੇ ਜਿਹੜੀਆਂ ਸਰਕਾਰ ਦੇ ਪ੍ਰੋਜੈਕਟ ਨੇ ਉਹ ਸਰਕਾਰ ਨੇ ਬਣਾਉਣੇ ਨੇ। ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ, ਨੈਸ਼ਨਲ ਹਾਈਵੇ ਨੂੰ ਅਸੀਂ ਬੇਨਤੀ ਕਰਾਂਗੇ ਔਰ ਮੁੜ ਤੋਂ ਮੈਂ ਇਹ ਮੰਗ ਜਿਹੜੀ ਹੈ ਉੱਥੇ ਜਾ ਕੇ ਰੱਖੂੰਗਾ ਕਿ ਇਹਨੂੰ ਜਲਦੀ ਸ਼ੁਰੂ ਕਰਾ ਕੇ ਕੰਪਲੀਟ ਕਰੋ। ਦੇਖੋ ਇਹ ਜਿਹੜਾ ਮੰਗ ਪੱਤਰ ਹੈ ਜੀ, ਇਹ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ, ਔਰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਵਾ, ਔਰ ਜੋ ਬੜੇ ਲੰਮੇ ਸਮੇਂ ਤੋਂ ਉਸ ਰਸਤੇ ਦੀ ਤਰਸਯੋਗ ਹਾਲਤ ਸੀਗੀ, ਔਰ ਇਲੈਕਸ਼ਨਾਂ ਤੋਂ ਪਹਿਲਾਂ ਵੀ ਔਜਲਾ ਸਾਹਿਬ ਨੂੰ ਔਰ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਨੇ ਡੈਨੀ ਬੰਡਾਲਾ ਜੀ ਉਹਨਾਂ ਨੂੰ ਔਰ ਸਾਬਕਾ ਵਿਧਾਇਕ ਸੁਨੀਲ ਦੱਤੀ ਜੀ ਉਹਨਾਂ ਨੂੰ ਲੈ ਕੇ ਗਏ ਸੀ ਅਸੀਂ ਉੱਥੇ, ਔਰ ਇਹ ਸੜਕ ਦਾ ਇੰਨਾ ਬੁਰਾ ਹਾਲ ਸੀ, ਬੜੇ ਲੰਮੇ ਸਮੇਂ ਤੋਂ ਇਹ ਸੜਕ 'ਤੇ ਜਿਹੜੀ ਤਰਸਯੋਗ ਹਾਲਤ ਹੈ ਜਦੋਂ ਬੰਗੇਗੜ੍ਹ ਸ਼ੰਕਰ ਤੋਂ ਅੰਦਰੋਂ ਜਾਂਦੇ, ਔਰ ਇਹ ਸੜਕ ਦੇ ਜਿਹੜੇ ਬਹੁਤ ਸਾਰੇ ਮਾਰਗਾਂ ਨੂੰ ਇਹ ਜੋੜਦੀ ਆ, ਜਿਵੇਂ ਕਿ ਅਨੰਦਪੁਰ ਸਾਹਿਬ ਤੋਂ ਮਨੀਕਰਨ ਸਾਹਿਬ, ਕੀਰਤਪੁਰ ਸਾਹਿਬ, ਬਾਬਾ ਬੁੱਢਨ ਸ਼ਾਹ, ਚੰਡੀਗੜ੍ਹ ਨੂੰ, ਮਨਾਲੀ ਨੂੰ, ਅਤੇ ਇੱਦਾਂ ਹੀ ਮਾਂ ਨੈਣਾ ਦੇਵੀ ਨੂੰ, ਬਾਬਾ ਵਡਭਾਗ ਸਿੰਘ, ਪੀਰ ਨਗਾਹਾ, ਬਾਬਾ ਬਾਲਕ ਨਾਥ, ਔਰ ਬਹੁਤ ਸਾਰੇ ਮਾਰਗਾਂ ਨੂੰ ਜਿੱਥੇ ਜੋੜਦੀ ਸੜਕ, ਇਹ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਔਰ ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਗਡਕਰੀ ਸਾਹਿਬ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ, ਕੁਛ ਕਾਰਨਾਂ ਕਰਕੇ ਉਹ ਰਹਿ ਗਿਆ, ਅਤੇ ਪੰਜਾਬ ਸਰਕਾਰ ਨੇ ਵੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਫਿਰ ਬੜੇ ਲੰਮੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਸੀ ਗੁਰੂ ਸਾਹਿਬ ਦੀ ਕਿਰਪਾ ਅਤੇ ਉਹ ਸੰਗਤਾਂ ਦੀ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ, ਕਿਲ੍ਹਾ ਆਨੰਦਗੜ੍ਹ ਵਾਲੇ ਮਹਾਂਪੁਰਸ਼ ਆ ਸੰਤ ਬਾਬਾ ਸਤਨਾਮ ਸਿੰਘ ਜੀ, ਉਹਨਾਂ ਨੇ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਤਾ, ਔਰ ਬਹੁਤ ਸੋਹਣੇ ਤਰੀਕੇ ਨਾਲ, ਜਿੱਡੀ ਇਹ ਸੜਕ ਸੀ 4 ਗੁਣਾ ਵੱਡੀ ਕਰਤੀ, ਔਰ ਸ਼ੁਰੂ ਕਰਤਾ ਬਣਾਉਣਾ। ਪਰ ਜਦੋਂ ਔਜਲਾ ਸਾਹਿਬ ਨੂੰ, ਇਹਨਾਂ ਨੂੰ ਮੈਂ ਸਾਰਿਆਂ ਨੂੰ ਲੈ ਕੇ ਗਿਆ ਉੱਥੇ, ਇਹਨਾਂ ਦੇਖਿਆ, ਬੜਾ ਦੁੱਖ ਲੱਗਾ ਕਿ ਸੜਕਾਂ ਬਣਾਉਣਾ ਕੰਮ ਸਰਕਾਰਾਂ ਦਾ ਵਾ, ਇਹ ਕੰਮ ਮਹਾਂਪੁਰਸ਼ਾਂ ਦਾ ਨਹੀਂ, ਕਿਉਂਕਿ ਮਹਾਂਪੁਰਸ਼ ਤਾਂ ਅੱਗੇ ਹੀ ਵੇਖੋ ਲੋਕਾਂ ਨੂੰ ਚੰਗੇ ਬੰਨੇ ਲਾਉਣ ਡਿਆ ਅਤੇ ਗੁਰੂ ਘਰਾਂ ਦੇ ਕਾਰਜ ਸਵਾਰ ਰਹੇ ਆ, ਅਤੇ ਅਸੀਂ ਸੰਤਾਂ ਮਹਾਂਪੁਰਸ਼ਾਂ ਨੂੰ ਇਹ ਕੰਮ ਦਈਏ, ਬੜਾ ਦੁੱਖ ਲੱਗਾ। ਜਿੱਥੇ ਅਸੀਂ ਐਡੀਆਂ ਐਡੀਆਂ ਪੱਗਾਂ ਬੰਨ੍ਹਦੇ, ਪੱਗ ਦਾ ਮਤਲਬ ਵੀ ਸਾਨੂੰ ਪਤਾ ਹੋਣਾ ਚਾਹੀਦਾ, ਦੇਸ਼ ਦੀ ਵਿਧਾਨ ਸਭਾ ਔਰ ਪਾਰਲੀਮੈਂਟ ਦੇ ਵਿੱਚ ਹੀ ਮਸਲਾ ਐਡਾ ਵੱਡਾ ਸੀ, ਕਿਸੇ ਨੇ ਚੁੱਕਿਆ ਹੀ ਨਹੀਂ। ਪਰ ਜਦੋਂ ਔਜਲਾ ਸਾਹਿਬ ਦੇ ਧਿਆਨ 'ਚ ਆਇਆ, ਉਹਨਾਂ ਨੇ ਗਡਕਰੀ ਸਾਹਿਬ ਨੂੰ ਔਰ CM ਸਾਹਿਬ ਨੂੰ ਔਰ ਚੀਫ ਸੈਕਟਰੀ ਨੂੰ ਲਿਖਿਆ ਇਹਦੇ ਬਾਰੇ, ਔਰ ਮੁਲਾਕਾਤ ਵੀ ਕੀਤੀ ਵੀ ਇਹ ਸੜਕ ਨੂੰ ਜਿਹੜਾ ਵਾ ਬਾਬਾ ਜੀ ਦੇ ਸੰਯੋਗ ਦੇ ਨਾਲ ਬਣਾਉਣਾ ਸ਼ੁਰੂ ਕੀਤਾ ਜਾਵੇ, ਕਿਉਂਕਿ ਬਾਬਾ ਜੀ ਤਾਂ ਹਲੇ ਉਹ ਕਰ ਰਿਹਾ ਜਿਹੜਾ ਕੰਮ ਰਿਪੇਅਰ ਕਰ ਰਿਹਾ। ਪਰ ਹੁਣ ਇਲੈਕਸ਼ਨਾਂ ਹੋ ਗਈਆਂ ਵਾ, ਅੱਜ ਔਜਲਾ ਸਾਹਿਬ ਨੂੰ ਗੁਰੂ ਨਗਰੀ ਦੇ MP ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਵੀ ਇਸ ਮਸਲੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਿਆ ਜਾਵੇ, ਔਰ ਰੋਜ਼ਾਨਾ ਹੀ ਲੱਖਾਂ ਸ਼ਰਧਾਲੂ ਜਿਹੜਾ ਵਾ ਤਖਤ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ। ਔਰ ਬਹੁਤ ਲੋਕਾਂ ਨੂੰ ਦੁੱਖ ਲੱਗਦਾ ਹੈ ਕਿ ਇਹ ਕੰਮ ਜਿਹੜੇ ਸਰਕਾਰਾਂ ਦੇ ਕਰਨ ਵਾਲੇ, ਐਡੇ ਐਡੇ ਟੋਲ ਪਲਾਜ਼ੇ ਲੱਗੇ ਆ ਅਤੇ ਉਹ ਮਹਾਂਪੁਰਸ਼ ਕਰ ਰਹੇ ਆ, ਅਤੇ ਸਾਡੇ ਪੰਜਾਬ ਦੇ ਕੀਤੇ ਕੰਮ ਸਾਰੇ ਮੈਂ 0 ਮੰਨਦਾ।
ਜੇ ਸਰਕਾਰ ਤਖ਼ਤ ਸਾਹਿਬ ਨੂੰ ਜਾਣ ਵਾਲੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਸੜਕ ਨਹੀਂ ਬਣਾ ਸਕਦੀ ਤਾਂ ਫਿਰ ਮੇਰੇ ਹਿਸਾਬ ਨਾਲ ਸਾਰੇ ਕੰਮ ਕੀਤੇ ਜ਼ੀਰੋ ਆ। ਉਹ ਔਜਲਾ ਸਾਹਿਬ ਨੇ ਵਿਸ਼ਵਾਸ ਦਾਇਆ ਕਿ ਮੈਂ ਗਡਕਰੀ ਸਾਹਿਬ ਨਾਲ ਮੁਲਾਕਾਤ ਕਰਕੇ ਇਸ ਸਵਾਲ ਨੂੰ ਪਾਰਲੀਮੈਂਟ ਵਿੱਚ ਚੁੱਕਾਂਗੇ ਵੀ ਅਤੇ ਸੜਕ ਨੂੰ ਜਿਹੜਾ ਜਲਦ ਤੋਂ ਜਲਦ ਬਣਾਇਆ ਜਾਊ। ਗੁਰੂ ਸਾਹਿਬ ਕਿਰਪਾ ਕਰਨ, ਤੁਹਾਡੇ ਸਹਿਯੋਗ ਦੇ ਨਾਲ ਮੈਂ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਸੈਂਟਰ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਸੜਕ ਜਿਹੜੀ ਆ ਬਾਬਾ ਜੀ ਦੇ ਸਹਿਯੋਗ ਦੇ ਨਾਲ ਬਣਾਇਆ ਜਾਵੇ। ਧੰਨਵਾਦ।